ਸ਼ੁਰੂਆਤ ਇਸੇ ਤੋਂ ਕਰਦੇ ਜਾਈਏ ਬੇਸਿਕ H1B ਵੀਜ਼ਾ ਹੈ ਕੀ ਹੈ ਜਿਹੜਾ ਵਰਕ ਵੀਜ਼ਾ ਹੁੰਦਾ ਕੀ ਹੈ ਜੀ ਬਿਲਕੁਲ ਸੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਯੂਐਸਏ ਦੇ ਵੀਜ਼ਾਸ ਹੈਗੇ ਨੇ ਉਹ ਹੋਰ ਮੁਲਕਾਂ ਦੇ ਕੰਪੈਰੀਜ਼ਨ ਜਿਦਾ ਕੈਨੇਡਾ ਦੇ ਵਿੱਚ ਤੁਸੀਂ ਸੈਲਫ ਸਪான்ਸਰ ਵੀ ਕਰ ਸਕਦੇ ਆ ਆਪਣੇ ਲੈਵਲ ਤੇ ਕੰਮ ਕਰ ਸਕਦੇ ਆ ਤਾਂ ਕਈ ਵਾਰੀ ਸਾਨੂੰ ਸਵਾਲ ਵੀ ਪੁੱਛਦੇ ਕਿ ਅਮਰੀਕਾ 'ਚ ਕਿਉਂ ਨਹੀਂ ਇਦਾਂ ਦੀ ਆਪਸ਼ਨ ਸੋ ਜਿਹੜੀ ਅਮਰੀਕਾ ਦੀ ਆਪਸ਼ਨਸ ਹੈਗੀਆਂ ਇਹਦੇ ਵਿੱਚ ਤੁਸੀਂ ਸਿਰਫ H1B ਵਰਕ ਵੀਜ਼ਾ ਤੇ ਹੀ ਕੰਮ ਜਿਹੜਾ ਉਹ ਕਰ ਸਕਦੇ ਆ ਤੇ ਡਿਗਰੀ ਵਾਲੇ ਬੰਦਿਆਂ ਦੀ ਇਹਦੇ ਵਿੱਚ ਇਹਦੇ ਲਈ ਮਿਨੀਮਮ ਰਿਕੁਆਇਰਮੈਂਟ ਜਿਹੜੀ ਹੈਗੀ ਆ ਬੈਚਲਰਸ ਜਾਂ ਹਾਇਰ ਡਿਗਰੀ ਤੁਹਾਡੀ ਹੋਣੀ ਚਾਹੀਦੀ ਆ 4 ਸਾਲ ਦਾ ਇਕੁਇਵਲੈਂਟ ਤੇ ਜਿਹੜੀ ਇੰਡੀਆ ਤੋਂ ਜਾਂ ਫੋਰਨ ਤੋਂ ਕਿਸੇ ਨੇ ਡਿਗਰੀ ਕੀਤੀ ਆ ਉਹਦੀ ਤੁਹਾਨੂੰ ਵੈਲਿਊਏਸ਼ਨ ਕਰਾਣੀ ਪੈਂਦੀ ਆ ਤੇ ਉਹ ਜਿਹੜੀ ਵੈਲਿਊਏਸ਼ਨ ਆ 4 ਸਾਲ ਦੀ ਡਿਗਰੀ ਨੂੰ ਉਹ ਬੈਚਲਰਸ ਦੀ ਡਿਗਰੀ ਮੰਨਦੇ ਆ ਤੇ ਜਿਹੜੇ 3 ਸਾਲ ਦੀ ਜਿਹੜਾ ਕੋ ਡਿਗਰੀ ਆ ਉਹਨਾਂ ਨੂੰ ਅੱਗੇ 3 ਸਾਲ ਦਾ ਹੋਰ ਐਕਸਪੀਰੀਅੰਸ ਹੋਣਾ ਚਾਹੀਦਾ ਸੋ 3 ਸਾਲ ਦਾ ਐਕਸਪੀਰੀਅੰਸ 1 ਸਾਲ ਦੀ ਐਜੂਕੇਸ਼ਨ ਦੇ ਬਰਾਬਰ ਕਾਊਂਟ ਹੁੰਦਾ ਸੋ ਮੰਨ ਲਓ ਕਿ ਕਿਸੇ ਕੋਲ 3 ਸਾਲ ਦੀ ਡਿਗਰੀ ਆ ਹੂੰ ਹੂੰ ਵੀ ਕੋਮ ਕਿਸੇ ਨੇ ਕੀਤੀ ਹੈ ਤਾਂ 3 ਸਾਲ ਦਾ ਹੋਰ ਐਕਸਪੀਰੀਅੰਸ ਹੋਦਾ 1 ਸਾਲ ਦਾ ਐਜੂਕੇਸ਼ਨ ਬਣ ਜਾਂਦੀ ਹੈ 3 ਸਾਲ ਦੇ ਵਰਕ ਐਕਸਪੀਰੀਅੰਸ ਦੀ ਤੇ 4 ਸਾਲ ਦਾ ਕਹਿੰਦਾ ਮਤਲਬ ਹੈ ਕਿ 4 ਸਾਲ ਦੇ ਇਕੁਇਵਲੈਂਟ ਤੁਹਾਡੇ ਜਿਹੜੀ ਅ ਐਜੂਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਹੋਰ ਵੀ ਵੈਸੇ ਕਈ ਵੀਜ਼ਾਸ ਹੈ ਜਿਦਾ ਐਕਸਟਰਡੀਨਰੀ ਅਬਿਲਟੀ ਹੋਰ ਕਈ ਸਾਰੇ ਉਹ ਵੀਜ਼ਾ L1 ਵੀਜ਼ਾ ਕਾਫੀ ਹੋਰ ਵਰਕ ਵੀਜ਼ੇ ਜਿਹੜੇ ਹੈਗੇ ਪਰ ਸਭ ਤੋਂ ਜਿਹੜਾ ਕਾਮਨ ਜਿਹੜੇ ਸਟੂਡੈਂਟਸ ਟਾਰਗੇਟ ਕਰਦੇ ਆ ਜਾਂ ਜਿਹੜੇ ਵਿੱਚ ਇੰਜੀਨੀਅਰ ਡਾਕਟਰ ਸਾਰੇ ਇਹ ਆਉਂਦੇ ਆ ਇਹ ਐਚ1 ਵੀਜ਼ਾ ਦੇ ਅੰਡਰ ਆਉਂਦੇ ਆ ਠੀਕ ਹੈ ਸੋ ਹੁਣ ਆਪਾਂ ਇੱਥੇ ਦੇਖਦੇ ਆਂ ਵੀ ਜਿੱਦਾਂ ਅਟਰਨੀ ਟੇਰੀ ਜੀ ਤੁਸੀਂ ਆ ਮੈਂ ਵੀ ਆਪਾਂ ਜਿਹੜੇ ਇੱਥੇ ਸਟੂਡੈਂਟ ਵੀਜ਼ੇ ਤੇ ਆਏ ਆ ਸੋ ਬੇਸਿਕਲੀ ਕੀ ਸਟੂਡੈਂਟ ਵੀਜ਼ਾ ਵਾਲਿਆਂ ਦੇ ਲਈ ਇੱਕ ਮੁੱਖ ਤੌਰ ਦੇ ਤੇ ਇਹੀ ਰਾਹ ਨਜ਼ਰ ਆਉਂਦਾ ਹੁੰਦਾ ਹੈ ਵੀ ਉਸ ਤੋਂ ਬਾਅਦ ਵਿੱਚ ਬੰਦੇ ਨੇ ਐਚ1 ਦੇ ਲਈ ਨੌਕਰੀ ਦੇ ਲਈ ਜਾਣਾ ਹਾਂਜੀ ਜੇ ਤੁਸੀਂ ਵਰਕ ਵੀਜ਼ਾ ਤੇ ਜਾਣਾ ਤਾਂ ਹੀ ਰਾਹ ਵਾ ਡਿਗਰੀ ਵਾਲਿਆਂ ਲਈ ਇੱਕੋ ਹੀ ਰਸਤਾ ਹੋਰ ਇੱਥੇ ਅ ਥੋੜੀਆਂ ਬੋਤੀਆਂ ਹੋਰ ਜਿੱਦਾਂ ਆਪਸ਼ਨਸ ਨਿਕਲ ਆਂਦੀਆਂ ਵਾ ਫੋਰ ਇਗਜ਼ਾਮਪਲ ਜਿੱਦਾਂ ਸਟੂਡੈਂਟ ਹੁਣ ਗ੍ਰੈਜੂਏਟ ਹੁੰਦਾ ਇੱਕ ਸਾਲ ਦੀ ਜੇ ਪੜ੍ਹਾਈ ਕਰਦਾ ਉਹਨੂੰ OPT ਦਿੰਦੇ ਆ ਵਰਕ ਪਰਮਿਟ ਉਹ ਕਰਦੇ ਇੱਕ ਸਾਲ ਦਾ ਤੁਹਾਡਾ ਵਰਕ ਪਰਮਿਟ ਹੁੰਦਾ ਤੇ ਮਈ ਚ ਤਕਰੀਬਨ ਜਿਹੜੇ ਸਟੂਡੈਂਟਸ ਉਹ ਗ੍ਰੈਜੂਏਟ ਹੁੰਦੇ ਆ ਤੇ ਇੱਕ ਸਾਲ ਦਾ ਉਹਨਾਂ ਨੂੰ OPT ਮਿਲ ਜਾਂਦੀ ਆ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਤੇ ਜਿਹੜੇ ਸਾਇੰਸ ਵਾਲੇ ਹੁੰਦੇ ਨੇ ਉਹਨਾਂ ਨੂੰ ਹੋਰ 2 ਸਾਲ ਐਕਸਟਰਾ ਦਿੰਦੇ ਨੇ ਉਹਦਾ 3 ਸਾਲ ਜੀ ਜਿਹੜੀ ਵਰਕ ਪਰਮਿਟ ਮਿਲ ਜਾਂਦਾ ਓਪਨ ਐਂਡਡ ਜਿਹੜਾ ਓਪਨ ਐਂਡਡ ਆਪਸ਼ਨਰ ਪ੍ਰੈਕਟੀਕਲ ਟ੍ਰੇਨਿੰਗ ਆ اوਪੀਟੀ ਜਿਹਨੂੰ ਕੰਦੇ ਨੇ ਸਟੂਡੈਂਟ ਨੂੰ ਇਹ ਇੱਥੇ ਖਤਮ ਹੁੰਦੀ ਹੈ ਫਿਰ ਸਾਲ ਬਾਅਦ ਜਾਂ ਤਿੰਨ ਸਾਲ ਬਾਅਦ ਤੇ ਇਤੋਂ ਬਾਅਦ ਜਿਹੜਾ ਉਹਨਾਂ ਦਾ ਅੱਗੇ ਜਾਣ ਦਾ ਜਰੀਆ ਜਿਹੜਾ ਇੰਡੀਆ ਵਾਲੇ ਐ ਸਪੈਸ਼ਲੀ ਉਹ ਐਚ 1 ਬੀ ਵੀਜ਼ਾ ਦੇ ਥਰੂ ਹੀ ਹੈਗਾ ਤੇ ਮੈਂ ਖੁਦ ਵੀ ਜਿਹੜਾ ਸੀਗਾ ਉਹ ਐਚ 1 ਬੀ ਵੀਜ਼ਾ ਦੇ ਥਰੂ ਗਿਆ ਸੀਗਾ ਹੋਰ ਵੀ ਜਿਹੜੇ ਆ ਰਹੇ ਆ ਵਕੀਲ ਵਕਾਲਤ ਦੇ ਵਿੱਚ ਜਾਂ ਕਿਤੇ ਵੀ ਐਚ 1 ਬੀ ਵੀਜ਼ਾ ਦੇ ਥਰੂ ਹੀ ਜਿਹੜਾ ਉਹ ਅੱਗੇ ਜਾਂਦੇ ਆ ਅਕਸਰ ਆਪਾਂ H1B ਲੋਟਰੀ ਦਾ ਬਹੁਤ ਸੁਣਦੇ ਆ ਬੜੇ ਜਿਹੜੇ ਆਪਣੇ ਫਰੈਂਡ ਆ ਜਿਹੜੇ ਇੰਜੀਨੀਅਰਿੰਗ ਵਾਲੇ ਵੀ ਆ ਜਾਂ ਹੋਰ ਪੇਸ਼ੇ ਦੇ ਵਿੱਚ ਆ ਉਹ ਇਹ ਗੱਲਾਂ ਕਰਦੇ ਆ ਜਿਹੜੇ ਉੱਥੇ ਵੀ ਬੈਠੇ ਆ ਕਿਸੇ ਦਾ ਲੋਟਰੀ ਚ ਨਾਂ ਆ ਜਾਂਦਾ ਕਿਸੇ ਦਾ ਨਹੀਂ ਆਉਂਦਾ ਸੋ ਕਿੰਨੇ ਵੀਜ਼ੇ ਹੁੰਦੇ ਆ ਸਾਲ ਚ ਇਹਨਾਂ ਨੇ ਕਿੰਨੇ ਅਵੇਲੇਬਲ ਕਰਾਉਣੇ ਹੁੰਦੇ ਆ ਕਿੰਨਿਆਂ ਨੂੰ ਇਹ ਵੀਜ਼ਾ ਦਿੰਦੇ ਨੇ ਇਹਦੇ ਕੀ ਅੰਕੜੇ ਨੇ ਸੋ ਇਹ ਸਭ ਤੋਂ ਜਿਹੜੀ ਇਟ ਹੈ ਇੰਪੋਰਟੈਂਟ ਗੱਲ ਇਹਦੇ ਵਿੱਚ ਆ ਕਿ ਇਹ ਵੀਜ਼ਾ ਹੈ ਕੀ ਆ ਕਦੋਂ ਇਹਦੇ ਟਾਈਮ ਫਰੇਮ ਹੈ ਕਿਉਂਕਿ ਟਾਈਮ ਫਰੇਮ ਦੇ ਅਕੋਰਡਿੰਗ ਚੱਲਦਾ ਠੀਕ ਹੈ ਜਿਦਾ ਇਦਾਂ ਕਿ ਆਪਣਾ ਪ੍ਰੋਗਰਾਮ ਵੀ ਜਿੱਦਾਂ ਕਿਸੇ ਨੇ ਅੱਜ ਸੁਨਣਾ ਕਿਸੇ ਨੇ 10 ਦਿਨ ਬਾਅਦ ਸੁਨਣਾ ਰਾਈਟ ਤੇ ਉਹਨੇ 10 ਦਿਨ ਬਾਅਦ ਕਾਲ ਲਾ ਲੈਣੀ ਕਿ ਮੈਂ ਸੋਚਦਾ ਹੁਣ 25B ਬਾਰੇ ਫਿਰ ਮੈਂ ਮਹੀਨੇ ਬਾਅਦ ਵਿਚਾਰ ਕਰਦਾ ਕਿ ਮੈਂ ਕਰਨਾ ਫਾਇਦ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੀ ਵਿੰਡੋ ਹੈ ਇੱਕ April ਆ ਜਿਹੜੀ March 1 ਤੋਂ ਲੈ ਕੇ March 17 ਦੇ ਵਿੱਚ ਹੀ ਫਾਈਲ ਹੋਣਾ ਚਾਹੀਦਾ ਇਹ ਠੀਕ ਹੈ ਤੇ ਆਫ ਕੋਰਸ ਇਹਦੇ ਲਈ ਸਾਨੂੰ ਇੰਡੀਆ ਤੋਂ ਬਹੁਤ ਗੱਲ ਆ ਜਾਂਦੀ ਹੈ ਕਿ ਮੇਰਾ H1B ਕਰੋ ਵਰਕ ਵੀਜ਼ਾ ਕਰੋ ਪਰ ਇਹਦੇ ਵਿੱਚ ਇਦਾਂ ਹੈ ਕਿ ਤੁਸੀਂ ਆਪ ਨਹੀਂ ਕਰ ਸਕਦੇ ਤੁਹਾਨੂੰ ਇਹਦੇ ਵਿੱਚ ਯੂਐਸ ਏਮਪਲੋਇਰ ਇੱਕ ਜਿਹੜਾ ਉਹ ਚਾਹੀਦਾ ਹੁੰਦਾ ਠੀਕ ਹੈ ਯੂਐਸ ਏਮਪਲੋਇਰ ਦੀ ਡੈਫੀਨੇਸ਼ਨ ਉਹ ਹੈ ਕਿ ਜਿਹਦੀ ਕੰਪਨੀ ਚੱਲ ਰਹੀ ਹੈ ਟੈਕਸ ਆਈਡੀ ਨੰਬਰ ਹੈਗਾ ਤਨਖਾਹਾਂ ਦੇ ਰਿਆ ਆਫਿਸ ਸਪੇਸ ਹੈਗੀ ਫਿਜ਼ੀਕਲ ਹਾਈਪੋਥੈਟਿਕਲ ਆਫਿਸ ਨਹੀਂ ਹੈ ਐਕਚੁਅਲ ਆਫਿਸ ਸਪੇਸ ਆ ਦੇਖੋ ਐਕਚੁਅਲ ਕੰਮ ਜਿਹੜਾ ਉਹ ਅਵੇਲੇਬਲ ਆ ਫਾਰ ਇਗਜ਼ਾਮਪਲ ਤੁਸੀਂ ਇੰਜੀਨੀਅਰ ਲੈ ਕੇ ਆਉਣਾ ਤਾਂ ਇਹ ਨਹੀਂ ਕਿ 711 ਵਾਲਾ ਬੰਦਾ ਕਵੇ ਕਿ ਮੈਂ ਇੰਜੀਨੀਅਰ ਨੂੰ ਹਾਇਰ ਕਰ ਲੈਣਾ ਇਹਨੇ ਮੇਰੇ ਕੰਪਿਊਟਰ ਦੇਖਣੇ ਆ ਸੋ ਇਮੀਗ੍ਰੇਸ਼ਨ ਨੇ ਪੁਰਾਣ ਨੂੰ ਸੋ ਕੰਪਨੀ ਦੇ ਵਿੱਚ ਜਿਹੜੀ ਤੁਹਾਡੀ ਜੌਬ ਆ ਉਹ ਡਿਗਰੀ ਦੇ ਨਾਲ ਰਿਲੇਟਡ ਹੋਣੀ ਚਾਹੀਦੀ ਆ ਸੋ ਇਹ ਇਨਫ ਨੀ ਹੈ ਕਿ ਬੰਦੇ ਕੋ ਡਿਗਰੀ ਆ ਜਾਂ ਤੁਹਾਡੀ ਕੰਪਨੀ ਚੱਲਦੀ ਆ ਜਿਹੜਾ ਤੁਹਾਡਾ ਬਿਜ਼ਨਸ ਆ ਤੇ ਜਿਹੜੀ ਬੰਦੇ ਦੀ ਪੜ੍ਹਾਈ ਆ ਤੇ ਜਿਹੜੀ ਪੋਜੀਸ਼ਨ ਤੁਸੀਂ ਆਫਰ ਕਰ ਰਹੇ ਆ ਇਹਦੇ ਵਿੱਚ ਤਾਲਮਿਲ ਜਿਹੜਾ ਤੁਹਾਡਾ ਹੋਣਾ ਚਾਹੀਦਾ ਤੇ ਮਾਰਚ 1 ਤੋਂ ਮਾਰਚ 17 ਦੇ ਵਿੱਚ ਪਹਿਲਾਂ ਤੁਹਾਡਾ ਰਜਿਸਟ੍ਰੇਸ਼ਨ ਪੀਰੀਅਡ ਹੁੰਦਾ ਜਿਹਦੇ ਵਿੱਚ ਕਿ ੈਂਪਲੋਇਰ ਇੱਕ ਛੋਟੀ ਜੀ ਐਪਲੀਕੇਸ਼ਨ ਭਰਦਾ ਕਿ ਆ ਬੰਦੇ ਨੂੰ ਮੈਂ ਹਾਇਰ ਕਰਨਾ ਤੇ ਉਹ ਜਿਹੜੀ ਐਪਲੀਕੇਸ਼ਨ ਆ ਸਾਰੇ এমਪਲੋયર ਜਿਹੜਾ ਪਾਉਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਕੰਪਿਊਟਰ ਥਾਣੀ ਇੱਕ ਲੋਟਰੀ ਨਿਕਲਦੀ ਆ ਕਿਉਂ ਲੋਟਰੀ ਆ ਕਿਉਂਕਿ ਇਹ ਲਿਮਟਿਡ ਹੈਗੇ 65000 ਜਿਹੜੇ ਹੈਗੇ H1B ਵੀਜ਼ਾ ਹਰ ਸਾਲ ਮਿਲਦੇ ਆ ਤੁਹਾਨੂੰ ਤੇ 20000 ਇਨ ਐਡੀਸ਼ਨ ਜਿਹੜੇ ਹੈਗੇ ਉਹ ਮਾਸਟਰ ਡਿਗਰੀ ਯੂਐਸ ਤੋਂ ਜਾਂ ਜਿਹੜੀ ਹਾਈਅਰ ਡਿਗਰੀ ਕੀਤੀ ਪੀਐਚਡੀ ਵਗੈਰਾ ਉਹਨਾਂ ਲਈ ਅਵੇਲੇਬਲ ਆ ਸੋ 20000 ਅਮਰੀਕਾ ਦੇ ਜਿਹੜੇ ਮਾਸਟਰ ਜਾਂ ਹਾਈ ਡਿਗਰੀ ਦੇ ਗ੍ਰੈਜੂਏਟਲੀ ਇਹ ਲੋਟਰੀ ਆ ਤੇ 65000 ਜਿਹੜਾ ਹੈਗਾ ਉਹ H ਜਿਹੜੇ ਵਰਲਡ ਵਾਈਡ ਕੈਂਡੀਡੇਟਸ ਉਹਨਾਂ ਦੇ 65000 ਸਿਰਫ ਨੰਬਰ ਆ ਸੋ ਇਹਦੇ ਵਿੱਚ ਮੁਲਕ ਦਾ ਕੋਟਾ ਤਾਂ ਨਹੀਂ ਹੁੰਦਾ ਜਿੱਦਾਂ ਬਾਕੀ ਹੋਰ ਦੇ ਵਿੱਚ ਹੁੰਦਾ ਹੈ ਮੈਂ ਤਾਂ ਦੱਸਦਾ ਸੋ ਉਹ ਜਨਰਲੀ ਇਹਦਾ ਕੋਟਾ ਕੋਈ ਨਹੀਂ 65000 ਤੇ ਸਾਰੇ ਕੰਪੀਟ ਕਰਦੇ ਨੇ ਹਨਾ ਠੀਕ ਹੈ ਇਹ 65000 ਦੇ ਵਿੱਚੋਂ ਦੀ ਉਹਨਾਂ ਨੇ 5000 ਫੇਰ ਅੱਗੇ ਜਿਹੜੇ 5000 8000 ਐਗਜੈਕਟ ਨੰਬਰ ਨਹੀਂ ਮੈਨੂੰ ਚੇਤੇ ਇਸ ਵੇਲੇ ਚਿੱਲੀ ਜਿਹੜੀ ਕੰਟਰੀ ਆ ਤੇ ਸਿੰਗਾਪੁਰ ਉਹਦੇ ਲਈ ਰਿਜ਼ਰਵ ਕੀਤਾ ਤੇ ਇਹ ਦੋ ਕੰਟਰੀਆਂ ਤੋਂ ਇਲਾਵਾ ਹੋਰ ਕੋਈ ਕੋਟਾ ਨਹੀਂ ਹੈਗਾ ਤੇ ਇਹਦੇ ਵਿੱਚ ਜਿਹੜਾ ਤੁਹਾਡਾ ਲੋਟਰੀ ਲੱਗਣ ਦਾ ਜਿਹੜਾ ਚਾਂਸ ਆ ਉਹ ਤਕਰੀਬਨ 20 ਤੋਂ 25% ਹੁੰਦਾ ਡਿਪੈਂਡਿੰਗ ਕਿ ਕਿੰਨੇ ਲੋਕੀ ਅਪਲਾਈ ਕਰਦੇ ਆ ਤੇ ਮੁੱਖ ਦੌਰਤੇ ਇਹਦੇ ਵਿੱਚ ਫੋਰ ਐਗਜ਼ੈਂਪਲ ਜਿਹਨਾਂ ਨੂੰ ਨਹੀਂ ਸਮਝ ਆ ਰਿਹਾ ਕਿ ਕੀ ਚੀਜ਼ ਗੱਲ ਕਰ ਰਹੇ ਆ ਸੋ ਇਹ ਹੈ ਕਿ ਮੰਨ ਲਓ ਕਿਸੇ ਦੀ ਟਰੱਕਿੰਗ ਕੰਪਨੀ ਚੱਲਦੀ ਰਹੀ ਠੀਕ ਆ ਉਹਦਾ ਕੋਈ ਡਿਸਪੈਚ ਦਾ ਜਾਂ ਕੋਈ ਵੀ ਵੱਡਾ ਕੰਮ ਉੱਥੇ ਇੱਕ ਐਮਬੀ ਵਾਲੇ ਬੰਦੇ ਨੂੰ ਲੈ ਕੇ ਆਣਾ ਚਾਹੁੰਦਾ ਤੇ ਉਹ ਪਹਿਲਾਂ ਮਾਰਚ 1 ਤੋਂ ਮਾਰਚ 17 ਦੇ ਵਿੱਚ ਲੋਟਰੀ ਦੇ ਲਈ ਫਾਈਲ ਕਰੂਗਾ ਉਹ ਲੋਟਰੀ ਲੱਗੂਗੀ ਕਿ ਨਹੀਂ ਲੱਗੂਗੀ ਇਹ ਸਾਨੂੰ April ਚ ਪਤਾ ਲੱਗੂਗਾ ਮੰਨ ਲਓ ਬੰਦੇ ਦੀ ਲੋਟਰੀ ਲੱਗ ਗਈ ਫਿਰ ਉਹਨਾਂ ਨੇ ਸਾਨੂੰ 3 ਮਹੀਨੇ ਦੇਣੇ ਆ June ਤੱਕ ਕੀ ਜੇ ਹੁਣ ਤੁਸੀਂ ਪ੍ਰੋਪਰ ਜਿਹੜੀ ਪੂਰੀ ਪਟੀਸ਼ਨ ਉਹ ਫਾਈਲ ਕਰੋ ਐਕਸਪਲੇਨ ਕਰੋ ਸਾਨੂੰ ਕਿ ਐਚ 1 ਬੀ ਕੱਲ ਹੀ ਫਾਈਲ ਕਰ ਰਹੇ ਤੁਸੀਂ ਕੀ ਪੋਜੀਸ਼ਨ ਹੈ ਤੁਹਾਡੇ ਕੋ ਐਮ ਬੀਏ ਵਾਲਾ ਬੰਦਾ ਤੁਸੀਂ ਹਾਇਰ ਕਰ ਰਹੇ ਹੋ ਟਰਕਿੰਗ ਕੰਪਨੀ ਚ ਕੀ ਕਰੂਗਾ ਇਹ ਐਮ ਬੀਏ ਵਾਲੀ ਪੜ੍ਹਾਈ ਕਿੱਦਾਂ ਵਰਤੂਗਾ ਕੀ ਤੁਸੀਂ ਸੈਲਰੀ ਦੇਣੀ ਆ ਕਿਹੜੀ ਲੋਕੇਸ਼ਨ ਆ ਸੋ ਉਹਨਾਂ ਨੇ ਫਿਰ ਐਚ 1 ਬੀ ਫਾਈਲ ਕਰਤਾ ਹੁਣ ਫਾਈਲ ਕਰਤਾ ਦਾ ਮਤਲਬ ਇਹ ਨਹੀਂ ਕਿ ਸਾਰਿਆਂ ਦਾ ਅਪਰੂਵ ਹੋ ਜਾਣਾ ਤੁਸੀਂ ਲੋਟਰੀ ਜਿੱਤਦੇ ਹੋ ਤੁਸੀਂ ਐਚ 1 ਬੀ ਅਜੇ ਅਪਰੂਵ ਨਹੀਂ ਤੁਹਾਡਾ ਹੋਇਆ ਸੋ ਉਸ ਤੋਂ ਬਾਅਦ ਕੀ ਹੈ ਕਿ ਉਹ H1B ਦੇ ਉੱਤੇ ਫੈਸਲਾ ਕਰੂਗੇ ਕਿ ਇਹਨੂੰ ਅਪਰੂਵ ਕਰਨਾ ਹੈ ਕਿ ਇਹਨੂੰ ਹੋਰ ਇਨਫੋਰਮੇਸ਼ਨ ਮੰਗਣੀ ਹੈ রাইਟ ਜਿੱਦਾਂ ਆਪਣਾ ਸਾਲਮ ਕੇਸ ਦਾ ਹੁੰਦਾ ਸੇਮ ਹਿਸਾਬ ਦਾ ਤੇ ਜਿਹੜੇ ਛੋਟੀ ਕੰਪਨੀ ਵਾਲੇ ਹੁੰਦੇ ਤਕਰੀਬਨ ਉਹਨਾਂ ਨੂੰ ਉਹ ਕੁਐਸਚਨ ਕਰ ਸਕਦੇ ਆ ਜਿਹੜੀਆਂ ਛੋਟੀਆਂ ਡਿਗਰੀਆਂ ਬੀਕਾਮ ਵਗੈਰਾ ਨੂੰ ਕੁਐਸਚਨ ਕਰ ਸਕਦੇ ਆ ਤੇ ਜੇ ਉਹਨਾਂ ਨੇ ਅਪਰੂਵ ਕਰਤਾ ਤੇ ਫਿਰ ਅਕਤੂਬਰ 1 ਤੋਂ ਹਿਲ ਸ਼ੁਰੂ ਹੋ ਜਾਂਦਾ ਇਹਦਾ 10 ਯਰ ਜਿਹੜਾ ਅਕਤੂਬਰ 1 2023 ਤੋਂ ਸ਼ੁਰੂ ਹੋਊਗਾ ਤੇ 3 ਇਹ ਟੋਟਲ ਜਿਹੜਾ H1B ਤੁਹਾਨੂੰ 6 ਸਾਲ ਲਈ ਮਿਲਦਾ ਤੇ ਇੱਕ ਟਾਈਮ ਤੇ ਜਿਹੜੀ ਤੁਹਾਨੂੰ ਐਂਟਰੀ ਦਿੰਦੇ ਆ ਉਹ ਤਿੰਨ ਸਾਲ ਦੀ ਦਿੰਦੇ ਆ ਸੋ ਨੂੰ ਤਿੰਨ ਸਾਲ ਤਿੰਨ ਸਾਲ ਕਰਕੇ ਤੁਹਾਨੂੰ ਦੋ ਹਿੱਸਿਆਂ ਦੇ ਵਿੱਚ 6 ਸਾਲਾਂ ਦਾ ਟੋਟਲ ਤੁਹਾਡੇ ਕੋਲ H1B ਦਾ ਟਾਈਮ ਹੁੰਦਾ ਸੋ ਲਾਟਰੀ ਮਾਰਚ 1 ਤੋਂ ਮਾਰਚ 17 ਉੱਚ ਜੇ ਪਾਸ ਹੋ ਸਿਲੈਕਟ ਹੋ ਗਏ ਤਾਂ ਫਿਰ H1B ਫਾਈਲ ਕਰੂਗੇ ਤੇ ਉਹਦੇ ਵਿੱਚ ਜੇ ਤੁਸੀਂ ਪਾਸ ਹੋ ਗਏ ਅ H1B ਤੁਹਾਡਾ ਅਪਰੂਵ ਹੋ ਗਿਆ ਤਾਂ ਫਿਰ ਅਕਤੂਬਰ 1 ਚ ਆ ਕੇ ਤੁਸੀਂ ਕੰਮ ਕਰ ਸਕਦੇ ਆ ਸਿਰਫ ਉਸੇ EMPLOER ਵਾਸਤੇ